ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਵਿਗਿਆਨ ਨਗਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਪ੍ਰਚਾਰਕ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਪਹੁੰਚੇ। ਇਸ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਵਿਗਿਆਨ ਨਗਰ ਦੇ ਸਕੱਤਰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਮਹਿਤਾਬ ਸਿੰਘ ਜੀ ਹੈੱਡ ਗ੍ਰੰਥੀ ਖਡੂਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਹਰਜਸ ਨਾਲ ਨਿਹਾਲ ਕੀਤਾ ਅਤੇ ਇਸ ਮੌਕੇ ਬਲੱਡ ਕੈਂਪ ਵੀ ਲਗਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਦਾ ਅਤੇ ਰਾਗੀ ਜਥਿਆਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਨਰਿੰਦਰ ਸਿੰਘ, ਗੁਰਦੁਆਰਾ ਵਿਗਿਆਨ ਨਗਰ ਸਕੱਤਰ ਦੀ ਜੋ ਸੇਵਾ ਮੈਨੂੰ ਦਿੱਤੀ ਗਈ ਹੈ ਉਹ ਸੇਵਾ ਮੈਂ ਨਿਭਾ ਰਿਹਾ। ਸੋ ਅੱਜ ਸਾਡੇ ਗੁਰਦੁਆਰਾ ਵਿਖੇ ਜੋ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ ਜੋ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤਾਂ ਨੇ ਮਨਾਇਆ ਹੈ, ਉਹਦੇ ਵਿੱਚ ਸਾਡੇ ਲਾਈਵ ਪ੍ਰੋਗਰਾਮ ਜੋ ਟੈਲੀਕਾਸਟ ਦਾ, ਇਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ। ਔਰ ਸਾਡੇ ਰਾਗੀ ਜਥੇ ਪ੍ਰਚਾਰਕ ਅੰਮ੍ਰਿਤਸਰ ਤੋਂ ਆਏ ਸਨ, ਹਜ਼ੂਰੀ ਰਾਗੀ ਜਗਤਾਰ ਸਿੰਘ ਜੀ ਗੁਰਦੁਆਰਾ ਅੰਮ੍ਰਿਤਸਰ ਤੋਂ ਆਏ ਸਨ। ਉਹਨੇ ਬਹੁਤ ਹੀ ਬਹੁਤ ਹੀ ਅੱਛਾ ਪ੍ਰੋਗਰਾਮ ਉਹਨਾਂ ਕੀਤਾ। ਪ੍ਰਚਾਰਕ ਵੀ ਸਾਡੇ ਮਹਿਤਾਬ ਸਿੰਘ ਜੀ ਖਡੂਰ ਸਾਹਿਬ ਵਾਲੇ ਹੈੱਡ ਗ੍ਰੰਥੀ, ਉਹਨਾਂ ਨੇ ਵੀ ਬਹੁਤ ਚੜ੍ਹਦੀ ਕਲਾ ਨਾਲ ਇੱਥੇ ਪ੍ਰੋਗਰਾਮ ਕੀਤਾ ਹੈ। ਸੋ ਅਸੀਂ ਸਭ ਦਾ ਹੀ ਧੰਨਵਾਦ ਕਰਦੇ ਆਈਆਂ ਸਿੱਖਾਂ ਦਾ ਧੰਨਵਾਦ, ਔਰ ਸਭ ਨੂੰ ਵਧਾਈਆਂ ਇਸ ਪੁਰਬ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੱਦੀ ਅਤੇ ਮਹਾਨ ਗੁਰਪੁਰਬ ਦੇ ਸਾਰੀ ਸੰਗਤਾਂ ਦਾ ਇਕੱਠ ਇੱਥੇ ਇਕੱਠਾ ਹੋਇਆ। ਗੁਰੂ ਸਾਹਿਬ ਦੀ ਮਹਾਨ ਆਸੀਸ ਮਾਨਸ ਦੀ ਜਾਤੀ ਕੇ ਚਵਾਨ ਜੋ ਉਸਦੇ ਤਹਿਤ ਇੰਨੀ ਸਾਰੀ ਸੰਗਤ ਇੱਥੇ ਆਈ ਹੈ। ਜਿਹੜੇ ਗਾਲੀ ਜਗਤਾਰ ਸਿੰਘ ਜੀ, ਮਹਿਤਾਬ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ, ਉੱਥੇ ਸਾਰੀ ਕੌਮਾਂ ਦੇ ਬੰਦੇ ਇੱਥੇ ਆ ਕੇ ਕੀਰਤਨ ਸਰਵਣ ਕੀਤਾ ਹੈ, ਲੰਗਰ ਅਟੁੱਟ ਵਰਤਿਆ, ਬਲੱਡ ਕੈਂਪ ਲੱਗਿਆ, ਉਸ 51 ਯੂਨਿਟ ਗਈਆਂ ਬਲੱਡਾਂ ਦੀ, ਉਹਦੇ ਬਾਅਦ ਆਯੁਰਵੇਦਿਕ ਕੈਂਪ ਲੱਗਿਆ। ਹਰ ਤਰਫ ਪਾਸੇ ਇੱਕ ਗੁਰਮੁਖੀ ਜੁੜਨ ਵਾਸਤੇ ਇਹ ਗੁਰਪੁਰਬ ਹੁੰਦਾ, ਹਰ ਸਾਲ ਇੱਥੇ ਮਨਾਇਆ ਜਾਂਦਾ। ਅਤੇ ਸੰਗਤਾਂ ਨੂੰ ਇੰਨੀ ਬੇਨਤੀ ਕਰਨੀ, ਇਹੋ ਜਿਹੇ ਜੁੜੇ ਰਹੋ, ਰਲ ਮਿਲ ਕੇ ਰਹੋ, ਅਸੀਂ ਜੁੜੇ ਰਹਾਂਗੇ ਅਤੇ ਨਾਲ ਰਹਾਂਗੇ, ਜੁੜਦਾ ਇਹ ਗੁਰਬਾਣੀ ਦਾ ਸਾਰ ਹੈ। ਇੰਨੀ ਬੇਨਤੀ ਹੈ ਭਗਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।